ਬਾਈਕ ਲਹਿੰਬਰ ਹੁਸੈਨਪੁਰੀ ਅਤੇ ਅੱਜ ਮੈਂ ਇੰਗਲੈਂਡ ਦੇ ਵਿੱਚ ਬਰਮਿੰਗਮ 'ਚ ਖੜ੍ਹਾ ਤਾਂ ਮੇਰੇ ਨਾਲ ਸਾਡੇ ਵੀਰ ਹਰਪ੍ਰੀਤ ਸਿੰਘ ਕਨਵੀਨਰ ਇੰਗਲੈਂਡ ਦੇ ਜਿਹੜੇ ਆਪ ਪਾਰਟੀ ਦੇ ਆਮ ਆਦਮੀ ਦੇ ਵਰਕਰ ਨੇ ਬਹੁਤ ਅੱਛੇ ਨੇ ਸੋ ਇਹਨਾਂ ਦੀ ਚਰਚਾ ਸਾਰੇ ਸਾਡੇ ਪੰਜਾਬ ਦੇ ਵਿੱਚ ਆ ਅਤੇ ਐੱਨ ਆਰ ਆਈ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਆ ਕਹਿੰਦੇ ਹੁੰਦੇ ਕਿ ਐੱਨ ਆਰ ਆਈ ਨੇ ਪਹਿਲਾਂ ਨਿਹਾਰ ਬਦਲੀ ਹੈ ਅਤੇ ਸਰਕਾਰ ਵੀ ਇਹਨਾਂ ਦੀ ਬਦਲੀ ਸੋ ਅਸੀਂ ਖੁਸ਼ ਨਸੀਬ ਹੈ ਕਿ ਸਾਡੀ ਝੋਲੀ ਤੁਹਾਡੇ ਵਰਗੇ ਭਰਾ ਅਤੇ ਕੇਜਰੀਵਾਲ ਵਰਗੇ ਸਾਡੇ ਜਿਹੜੇ ਪੰਜਾਬ ਨੂੰ ਸਮਝਣ ਵਾਲੇ ਉਹਨਾਂ ਦੀ ਸੋਚ ਬੜੀ ਅੱਛੀ ਹੈ ਸਾਰਾ ਕੁਛ ਬਦਲ ਜਾਊਗਾ ਸੋ ਸਾਡੀ ਇਹ ਦਿਲੋਂ ਅਰਦਾਸ ਹੈ ਅਤੇ ਇਹ ਜੋ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਇਹ ਮਿਸਾਲ ਤੁਸੀਂ ਦੇਖਦੇ ਹੋ ਜਿਹੜੀ ਕਿ ਪੰਜਾਬ ਜਹਾਜ਼ ਭਰ ਕੇ ਜਾ ਰਹੇ ਆ ਅਮੈਰੀਕਾ ਕਨੇਡਾ ਤੋਂ ਯੂਰਪ ਤੋਂ ਸਾਡੇ ਵੀਰਾਂ ਨੇ ਆਪਣੇ ਦੇਸ਼ ਦੀ ਤਰੱਕੀ ਲਈ ਹਿੱਸਾ ਪਾਉਣ ਲਈ ਜਾ ਰਹੇ ਆ ਪੈਸਿਆਂ ਨਾਲ ਵੀ ਅਤੇ ਨਾਲ ਯਾਰਾਂ ਦੋਸਤਾਂ ਨੂੰ ਵੀ ਲੈ ਕੇ ਇਹ ਫਲੇਮ ਆਫ ਹੋਪ ਫੋਰ ਪੰਜਾਬ ਜਿਹਦਾ ਫਾਈਨਲ ਹੈਗਾ ਸਟੋਪ ਹੇਜ ਵਿੱਚ ਅਰੋਮਾ ਹਾਲ ਦੇ ਵਿੱਚ ਜਿੱਥੇ ਕਿ ਮੈਂ ਤੁਹਾਡੀ ਗਾ ਕੇ ਹਾਜ਼ਰੀ ਲਵਾਉਣੀ ਆ ਗੀਤਾਂ ਨਾਲ ਤੁਹਾਨੂੰ ਮਨੋਰੰਜਨ ਵੀ ਕਰਨਾ ਅਤੇ ਸੱਚੀਆਂ ਸੁੱਚੀਆਂ ਗੱਲਾਂ ਵੀ ਕਰਨੀਆਂ ਅਤੇ ਮੈਂ ਇੱਕ ਸ਼ੇਅਰ ਨਜ਼ਰ ਕਰ ਰਿਹਾ ਮੰਗਲ ਅਠੂਰ ਭਾਅ ਜੀ ਦਾ ਰੋਜ਼ ਸੀ ਵੋਟਾਂ ਵੋਟਾਂ ਕਰਦੇ 4 ਤਰੀਕ ਨੂੰ ਆਈਆਂ ਵੋਟਾਂ ਉੱਠੋ ਝੁੱਗੀਆਂ ਖੇਤਾਂ ਵਾਲਿਓ ਇਨਕਲਾਬ ਲਿਆਈਆਂ ਵੋਟਾਂ ਬਦਲ ਜਾਊ ਤਕਦੀਰ ਦੇਸ਼ ਦੀ ਜੇ ਝਾੜੂ ਨੂੰ ਪਾਈਆਂ ਵੋਟਾਂ ਇਹ ਬਹੁਤ ਸਾਡੇ ਲਈ ਤਰੱਕੀ ਦੇ ਰਾਹ ਵਾਲੀ ਗੱਲ ਆ ਅਤੇ ਸਾਨੂੰ ਆਪ ਨੂੰ ਬਹੁਤ ਖੁਸ਼ੀ ਸਾਰੇ ਕਲਾਕਾਰਾਂ ਨੂੰ ਵੀ ਗਰੀਬ ਤਬਕਾ ਦਲਿਤ ਪਰਿਵਾਰ ਜਿਹੜੇ ਸਾਰੇ ਤੁਹਾਡੇ ਨਾਲ ਜੁੜੇ ਆ ਭਾਅ ਜੀ ਅਤੇ ਕੇਜਰੀਵਾਲ ਸਾਹਿਬ ਨਾਲ ਜੁੜੇ ਆ ਕਿਉਂਕਿ ਭਾਵਨਾਵਾਂ ਨੂੰ ਉਹ ਸਮਝਣ ਵਾਲੇ ਨੇ ਅਤੇ ਇਹ ਕੁਛ ਲੋਕ ਚਾਹੁੰਦੇ ਸੀ ਕਿਉਂਕਿ ਜਿੰਨਾ ਦਲਿਤਾਂ ਦੇ ਨਾਲ ਅੱਤਿਆਚਾਰ ਹੋਇਆ ਉਹ ਅਸੀਂ ਜਾਣਦੇ ਹਾਂ ਅਸੀਂ ਪੰਜਾਬ 'ਚ ਰਹਿੰਦੇ ਹਾਂ ਇੱਥੇ ਆ ਕੇ ਗਾ ਕੇ ਅਸੀਂ ਤੁਹਾਡੇ ਕੋਲ ਹੀ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਾਂ ਜਾ ਕੇ ਸਾਡੇ ਬਿਜ਼ਨਸ ਚੱਲਦੇ ਆ ਸਾਡੇ ਆਪਣੇ ਕੰਮ ਚੱਲਦੇ ਆ ਐੱਨ ਆਰ ਆਈ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਅੱਗੇ ਸਾਡੇ ਕਨਵੀਨਰ ਜਿਹੜੇ ਨੇ ਸਾਡੇ ਇੰਗਲੈਂਡ ਤੋਂ ਹਰਪ੍ਰੀਤ ਭਾਅ ਜੀ ਉਹਨਾਂ ਨੂੰ ਬੇਨਤੀ ਕਰਾਂਗੇ ਉਹ ਆਪਣੇ ਲਈ ਬਹੁਤ ਬਹੁਤ ਸ਼ੁਕਰੀਆ ਲੈਂਬਰ ਸਾਹਿਬ ਦਾ ਕਿ ਉਹਨਾਂ ਨੇ ਸਾਡੇ ਛੋਟੀ ਜਿਹੀ ਰਿਕੁਐਸਟ ਦੇ ਉੱਤੇ ਇਹ ਬਹੁਤ ਵੱਡਾ ਉਪਰਾਲਾ ਜੋ ਕਿ ਸਾਡਾ ਫਾਈਨਲ ਸਟੋਪ ਹੈਗਾ ਆ ਫਲੇਮ ਆਫ ਹੋਪ ਫੋਰ ਪੰਜਾਬ ਜੋ ਕਿ ਹੇਜ਼ ਅਤੇ ਅਰੋਮਾ ਦੇ ਵਿੱਚ ਹੋਣ ਜਾ ਰਿਹਾ ਆ ਅਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਇਹਨਾਂ ਨੇ ਇੱਥੇ ਆ ਕੇ ਪਿਆਰ ਜਿਹੜਾ ਪੰਜਾਬ ਦਾ ਉਹ ਇਸ ਤਰੀਕੇ ਨਾਲ ਦਰਸਾ ਰਹੇ ਆ ਕਿ ਸਾਡੇ ਨਾਲ ਜਿਹੜਾ ਪ੍ਰੋਗਰਾਮ ਇਹਨਾਂ ਨੇ ਹੇਜ਼ ਕਰਨਾ ਆ ਉਹਦੇ ਵਾਸਤੇ ਇਹਨਾਂ ਨੇ ਕੋਈ ਵੀ ਪੈਸਾ ਸਾਡੇ ਤੋਂ ਨਹੀਂ ਲੈਣਾ ਇਹ ਬਹੁਤ ਵੱਡੀ ਗੱਲ ਹੈ ਜੀ ਅਤੇ ਬਹੁਤ ਮਾਣ ਬਖਸ਼ਿਆ ਇਹਨਾਂ ਨੇ ਸਾਨੂੰ ਅਤੇ ਬਹੁਤ ਸਾਡੀ ਛੋਟੀ ਜਿਹੀ ਰਿਕੁਐਸਟ ਦੇ ਉੱਤੇ ਇਹਨਾਂ ਨੇ ਉਪਰਾਲਾ ਕਰਨ ਜਾ ਰਹੇ ਆ ਅਤੇ ਮੈਂ ਸਾਰੇ ਹੀ ਭੈਣਾਂ ਅਤੇ ਭਰਾਵਾਂ ਨੂੰ UK ਦੇ ਵਿੱਚ ਵੱਸਦੇ ਹੋਇਆਂ ਨੂੰ ਕਹਿਣਾ ਚਾਹੁੰਦਾ ਅਪੀਲ ਕਰਨਾ ਚਾਹੁੰਦਾ ਹਾਂ ਕਿ 22 ਤਰੀਕ ਨੂੰ ਐਤਵਾਰ 2 ਵਜੇ ਤੋਂ ਲੈ ਕੇ 4 ਵਜੇ ਤੱਕ 2 ਵਜੇ ਤੋਂ ਲੈ ਕੇ 6 ਵਜੇ ਤੱਕ ਲੈਂਬਰ ਸਾਹਿਬ ਵੀ ਸਾਡੇ ਨਾਲ ਹੋਣਗੇ ਅਰਦਾਸਾਂ ਸਾਡੀਆਂ ਜਿਹੜੀਆਂ ਹੈਗੀਆਂ ਆਮ ਆਦਮੀ ਪਾਰਟੀ ਫਲੇਮ ਆਫ ਹੋਪ ਔਰ ਪੰਜਾਬ ਜਿਹੜੀ ਸਾਡੀ ਮਿਸਾਲ ਹੈਗੀ ਆ ਉਹ ਵੀ ਉੱਥੇ ਹੋਏਗੀ ਤੁਸੀਂ ਵੱਧ ਤੋਂ ਵੱਧ ਚੜ੍ਹ ਕੇ ਉੱਥੇ ਹਾਜ਼ਰੀਆਂ ਪ੍ਰਵਾਨ ਕਰੋ।